ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਵੱਡੀ ਤਾਦਾਦ ਦੇ ਵਿੱਚ ਡਰੱਗ ਮਾਫੀਆ ਅਤੇ ਗੈਂਗਸਟਰਸ ਦੇ ਨਾਮ ਦਾ ਆਉਣਾ ਸਾਰੇ ਪੰਜਾਬੀਆਂ ਨੂੰ ਚਿੰਤਾ ਦੇ ਵਿੱਚ ਪਾ ਰਿਹਾ ਹੈ ਅਤੇ ਸਮਾਜਿਕ ਰਾਜਨੀਤਿਕ ਵਪਾਰੀ ਅਤੇ ਕਾਰੋਬਾਰੀਆਂ ਨੂੰ ਵੀ ਸੋਚਣ ਦੇ ਲਈ ਮਜਬੂਰ ਕਰ ਰਿਹਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਅੱਜ ਸਾਡੇ ਨਾਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਹਿ ਚੁੱਕੇ ਸੀਨੀਅਰ ਐਡਵੋਕੇਟ ਜੋ ਪਿਛਲੇ 20 ਸਾਲਾਂ ਤੋਂ ਕੈਨੇਡਾ ਦੇ ਵਿੱਚ ਇੱਕ ਸਫਲ ਬਿਜ਼ਨਸਮੈਨ ਵੀ ਨੇ ਤੇ ਕਈ ਐਨਜੀਓਜ਼ ਦੇ ਨਾਲ ਵੀ ਜੁੜੇ ਹੋਏ ਨੇ। ਮੈਂ ਗੱਲ ਕਰ ਰਹੀ ਹਾਂ ਸੁਰਜੀਤ ਸਿੰਘ ਜੱਬਲੀਵਾਲ ਦੇ ਨਾਲ। ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਗੱਲ ਪੰਜਾਬੀ ਜਿਹੜੇ ਬਾਹਰ ਜਾਂਦੇ ਨੇ ਉਹ ਅਸੀਂ ਦੇਖ ਰਹੇ ਹਾਂ ਕਿ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ। ਸਭ ਤੋਂ ਪਹਿਲਾਂ ਜੀ ਸਵਾਗਤ ਹੈ ਤੁਹਾਡਾ ਜਗਬਾਣੀ ਪੰਜਾਬ ਕੇਸੀ ਵੈਬ ਟੀਵੀ ਤੇ ਜੀ। ਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ, ਜਗਬਾਣੀ ਪ੍ਰੋਗਰਾਮ ਦੇ ਵਿੱਚ ਮੈਨੂੰ ਇਨਵਾਈਟ ਕਰਨ ਲਈ ਤੁਹਾਡਾ ਔਰ ਪ੍ਰੋਗਰਾਮ ਵਾਲਿਆਂ ਦਾ ਔਰ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਇੰਨਾ ਲੰਬਾ ਤਜਰਬਾ ਰਿਹਾ, ਚਾਹੇ ਤੁਸੀਂ ਇੰਡੀਆ ਚ ਰਹੇ ਹੋ, ਅੱਛਾ ਐਕਸਪੀਰੀਅੰਸ ਚਾਹੇ ਕੈਨੇਡਾ ਦੇ ਵਿੱਚ, ਤੇ ਪਿਛਲੇ ਇੱਕ ਮਹੀਨੇ ਦੇ ਅੰਦਰ ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਨਸ਼ਿਆਂ ਅਤੇ ਹਥਿਆਰਿਆਂ ਦੀਆਂ ਵੱਧੀਆਂ ਜਿਹੜੀਆਂ ਖੇਪਾਂ ਫੜੀਆਂ ਗਈਆਂ ਨੇ, ਜਿਸਨੇ ਪੰਜਾਬੀਆਂ ਦਾ ਨਾਮ ਵੀ ਖਰਾਬ ਕੀਤਾ ਕਿਤੇ ਨਾ ਕਿਤੇ। ਸੋ ਅਕਸਰ ਇਹੀ ਕਿਹਾ ਜਾਂਦਾ ਸੀ ਕਿ ਪੰਜਾਬ 'ਚ ਸਿਸਟਮ ਸਹੀ ਨਹੀਂ ਹੈ, ਔਰ ਦਿਸ ਵਾਜ਼ ਦਾ ਰੀਜ਼ਨ ਕਿ ਸਾਰੇ ਪੰਜਾਬ ਤੋਂ ਜਾਂ ਇੰਡੀਆ ਤੋਂ ਮਾਈਗ੍ਰੇਟ ਹੁੰਦੇ ਸੀ ਕੈਨੇਡਾ, ਤੇ ਫਿਰ ਹੁਣ ਉੱਥੇ ਜਾ ਕੇ ਇਹਨਾਂ ਹੀ ਉਹੀ ਪੰਜਾਬੀਆਂ ਦਾ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਣਾ ਕੀ ਕਾਰਨ ਹੈ, ਤੁਹਾਨੂੰ ਕੀ ਲੱਗਦਾ ਹੈ? ਮਨਪ੍ਰੀਤ, ਤੁਹਾਡਾ ਕੁਐਸਚਨ ਵੀ ਬਹੁਤ ਗੰਭੀਰ ਹੈ, ਔਰ ਜਿਸ ਤਰ੍ਹਾਂ ਅਸੀਂ ਜਿੰਨੇ ਗੰਭੀਰ ਕੁਐਸਚਨ ਦੀ ਗੱਲ ਕਰਦੇ ਹਾਂ ਉਸ ਤੋਂ ਵੀ ਇਹ ਮਹਾਂ ਗੰਭੀਰ ਕੁਐਸਚਨ ਹੈ। ਔਰ ਜਿਹੜੀਆਂ ਖੇਪਸ ਹਥਿਆਰਾਂ ਦੀਆਂ ਜਾਂ ਡਰੱਗਸ ਦੀਆਂ ਫੜੀਆਂ ਜਾਂਦੀਆਂ ਨਾ, ਔਰ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ, ਮੈਂ ਕਹਿੰਦਾ ਇਹ ਇੱਕ ਟਿਪ ਆਫ ਦਾ ਆਈਸਬਰਗ ਹੈ, ਔਰ ਇਸਦੇ ਥੱਲੇ ਬਹੁਤ ਹੀ ਵੱਡਾ ਕੁਝ ਛੁਪਿਆ ਹੋਇਆ ਹੈ। ਸਿਰਫ ਫੜੇ ਜਾਣਾ, ਇੱਥੇ ਜਿਹੜਾ ਸਿਸਟਮ ਬੜਾ ਸਲੋ ਹੈ, ਰਿਕਵਰੀ ਤੱਕ ਪਹੁੰਚਦਿਆਂ ਪਹੁੰਚਦਿਆਂ ਲੂਪ ਹੋਲਸ ਹੀ ਇੰਨੇ ਹੁੰਦੇ ਨੇ ਕਿ ਜਿਹੜੇ ਇਹ ਡਰੱਗ ਟ੍ਰੈਫਿਕਿੰਗ ਦੇ ਨਾਲ ਲੋਕ ਜੁੜੇ ਹੋਏ ਆ, ਧੰਦੇ ਦੇ ਨਾਲ ਜੁੜੇ ਹੋਏ ਲੋਕ ਨੇ, ਔਰ ਬਹੁਤ ਸਾਰੇ ਲੋਕ ਫੜੇ ਤਾਂ ਬਹੁਤ ਹੀ ਥੋੜ੍ਹੇ ਨੇ, ਮਾਈਨਿਊਟਲੀ ਲੋਕ ਫੜੇ ਗਏ ਨੇ। ਔਰ ਜੇ ਤੁਹਾਨੂੰ ਇਹਦੀ ਅਸਲੀਅਤ ਦਾ ਮੈਂ ਦੱਸਦਾ, ਮੈਂ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਮਨਪ੍ਰੀਤ, ਕਿ ਕੈਨੇਡਾ ਦੇ ਵਿੱਚ ਔਰ ਖਾਸ ਤੌਰ 'ਤੇ ਜਿੱਥੇ ਸਾਡੀ ਪੰਜਾਬੀਆਂ ਦੀ ਸੰਘਣੀ ਆਬਾਦੀ ਹੈ, ਜਿੱਥੋਂ ਅਸੀਂ ਸਭ ਤੋਂ ਜ਼ਿਆਦਾ ਜਿਹੜੇ ਮੈਂਬਰ ਪਾਰਲੀਮੈਂਟ ਚੁਣਦੇ ਹਾਂ, MLA ਚੁਣਦੇ ਹਾਂ, ਉੱਥੋਂ ਦਾ ਮੈਂ ਜਿਹੜੀ ਬੜੀ ਜ਼ਰੂਰੀ ਗੱਲ ਕਰ ਰਿਹਾ, ਇਹ ਗੱਲ ਤੁਸੀਂ ਬੜੀ ਧਿਆਨ ਨਾਲ ਸੁਣਨੀ ਹੈ, ਕਿ ਇੱਕ ਵੀ ਸਕੂਲ ਇੱਥੋਂ ਦਾ, ਇੱਕ ਵੀ ਸੈਕੰਡਰੀ ਸਕੂਲ ਡਰੱਗ ਫਰੀ ਨਹੀਂ ਅਖਵਾ ਸਕਦਾ, ਮੇਰਾ ਇਹ ਦਾਅਵਾ ਹੈ। ਔਰ ਮੈਂ ਇਹ ਦਾਅਵਾ ਇਨ ਫਰੰਟ ਆਫ ਦਾ ਖਾਲਸਾ ਸਕੂਲ ਪ੍ਰਿੰਸੀਪਲ ਵੀ ਕੀਤਾ, ਜਿਹੜੇ ਕਿ ਸਾਡੇ ਪ੍ਰਾਈਵੇਟ ਸਕੂਲ ਨੇ ਔਰ ਜਿਹੜੇ ਪਰਟੀਕੁਲਰਲੀ ਬੜੇ ਵਧੀਆ ਸਕਸੈਸਫੁਲ ਰਨ ਕਰ ਰਹੇ ਨੇ, ਇਹ ਉਹਨਾਂ ਦੇ ਕੋਲ ਉਹਨਾਂ ਦੇ ਫਰੰਟ ਡੈਸਕ ਦੇ ਉੱਪਰ ਬੈਠ ਕੇ ਇਹ ਗੱਲ ਦੱਸੀ ਸੀ ਕਿ ਭਾਈ ਆਪਣਾ ਪੰਜਾਬੀਆਂ ਦੇ ਵਾਸਤੇ ਇਸ ਤੋਂ ਮੰਦਭਾਗੀ ਕੋਈ ਗੱਲ ਨਹੀਂ ਹੋ ਸਕਦੀ ਕਿ ਸਾਡੇ ਜਿਹੜੇ ਬੱਚੇ ਆ ਜਿਹੜੇ ਉਹ ਅਸੀਂ ਜਦੋਂ ਸੈਕੰਡਰੀ ਸਕੂਲ ਤੋਂ ਲੈ ਕੇ ਐਲੀਮੈਂਟਰੀ ਸਕੂਲ ਦੇ ਵਿੱਚ ਵੀ ਡਰੱਗ ਆ ਗਈ ਤਾਂ ਅਸੀਂ ਕਿਹੜੀਆਂ ਹਵਾਵਾਂ ਵਿੱਚ ਬੱਚੇ ਰੱਖਾਂਗੇ, ਕਿੱਥੇ ਬਚਾ ਪਾਵਾਂਗੇ ਅਸੀਂ ਬੱਚਿਆਂ ਨੂੰ? ਔਰ ਉਹ ਸਾਡੀ ਕਮਿਊਨਿਟੀ ਵਿੱਚ ਹੀ ਸਾਰਾ ਡਰੱਗ ਦਾ ਵਾਇਰਸ ਇਹ ਫੈਲਦਾ ਜਾ ਚੁੱਕਿਆ ਹੈ। ਔਰ ਤੁਹਾਡਾ ਮਤਲਬ ਇਹ ਹੈ ਕਿ ਸਕੂਲਾਂ ਦੇ ਵਿੱਚ ਹੀ ਇਹ ਇਸ ਡਰੱਗ ਕਲਚਰ ਦੀ ਸ਼ੁਰੂਆਤ ਹੁੰਦੀ ਹੈ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਮੈਂ ਕਹਿੰਦਾ ਜੀ ਮੈਂ ਕਿਸੇ ਦੀ ਤਰਫਦਾਰੀ ਨਹੀਂ ਕਰਦਾ, ਪਰ ਮੈਂ ਕਹਿੰਦਾ ਹਾਲੇ ਵੀ ਪੰਜਾਬ ਨਾਲੋਂ ਘੱਟ ਡਰੱਗ ਟ੍ਰੈਫਿਕ, ਪੰਜਾਬ ਨਾਲੋਂ ਜ਼ਿਆਦਾ ਡਰੱਗ ਟ੍ਰੈਫਿਕਿੰਗ ਹੈ ਜਿਹੜੀ ਕੈਨੇਡਾ ਵਿੱਚ ਹੈ, ਔਰ ਪੰਜਾਬ ਦੇ ਸਕੂਲ ਹਾਲੇ ਵੀ ਬਚੇ ਹੋਏ ਨੇ, ਪੰਜਾਬ ਦੇ ਘੱਟ ਤੋਂ ਘੱਟ ਪ੍ਰਾਇਮਰੀ ਔਰ ਸੈਕੰਡਰੀ ਸਕੂਲਸ ਬਚੇ। ਕੁਝ ਇਲਮ ਵੀ ਤਾਂ ਤੁਹਾਨੂੰ ਹੋਊਗਾ, ਕੌਣ ਨੇ ਇਹ ਲੋਕ, ਤੁਹਾਨੂੰ ਕੀ ਲੱਗਦਾ? ਦੇਖੋ, ਜਿਹੜੀ ਸਾਡੀ ਸੁਸਾਇਟੀ ਹੈ ਨਾ ਜੀ, ਸਾਡੀ ਸੁਸਾਇਟੀ ਦੇ ਵਿੱਚ ਡਰੱਗ ਨੂੰ ਔਰ ਅਮੀਰੀ ਨੂੰ, ਪੈਸੇ ਵਾਲੀ ਜ਼ਿੰਦਗੀ ਨੂੰ ਇੰਨਾ ਗਲੋਰੀਫਾਈ ਕੀਤਾ ਜਾਂਦਾ ਹੈ, ਔਰ ਇੰਨਾ ਕੌਣ ਪ੍ਰਮੋਟ ਕਰ ਰਿਹਾ ਹੈ? ਦੇਖੋ, ਸਾਡਾ ਸਾਰਾ 뮤직 ਸਿਸਟਮ ਦੇਖੋ ਤੁਸੀਂ, ਸਾਡੀ ਸਾਰੀ ਜਿਹੜੀ ਸਾਡੇ ਗਾਇਕੀ ਗੀਤ ਸੰਗੀਤ ਸਾਡਾ, ਉਹ 'ਚ ਵਾਇਲੈਂਸ ਨੂੰ, ਔਰਤ ਨੂੰ ਕੁੱਟਣਾ, ਡਰੱਗ ਵੇਚਣੀ ਔਰ ਨਸ਼ੇ ਕਰਨੇ ਔਰ ਲੜਾਈਆਂ ਕਰਨੀਆਂ, ਗੈਂਗਸਟਰ ਬਣਨਾ, ਤੁਸੀਂ ਕੋਈ ਵੀ ਕਿਸੇ ਵੀ ਗਾਇਕ ਦੇ 5 ਗੀਤ ਚੱਕ ਕੇ ਦੇਖ ਲਓ, ਤੁਸੀਂ ਉਹਦੇ 'ਚ ਕੰਟੈਂਟ ਦੇਖੋ ਕਿ ਕਿੰਨਾ ਗਲੋਰੀਫਾਈ ਕੀਤਾ ਗਿਆ ਹੁੰਦਾ ਇਹਨਾਂ ਚੀਜ਼ਾਂ ਨੂੰ। ਫਿਰ ਅਸੀਂ ਬੱਚਿਆਂ 'ਚ ਦੇਖਦੇ ਉਹਦੀ ਕਾਪੀ ਕਰਦੇ ਨੇ, ਔਰ ਜਿਹੜੇ ਗੀਤ ਜਿਵੇਂ ਫਿਲਮਾਏ ਜਾਂਦੇ ਨੇ ਜਾਂ ਮੂਵੀਜ਼ ਫਿਲਮਾਈਆਂ ਜਾਂਦੀਆਂ ਨੇ ਉਹਦੇ ਵਿੱਚ ਵਾਇਲੈਂਸ ਅਤੇ ਡਰੱਗ ਤੋਂ ਬਿਨਾਂ, ਮੈਨੂੰ ਲੱਗਦਾ ਕਿ ਸਾਨੂੰ ਜਿਹੜੇ ਇਹ ਲੋਕ ਫਿਲਮ ਇੰਡਸਟਰੀ ਨਾਲ ਜੁੜੇ ਨੇ ਇਹਨਾਂ ਕੋਲ ਸਿਰਫ 3 ਹੀ ਮੁੱਦੇ ਨੇ, ਇੱਕ ਉਹਦੇ 'ਚ ਲਵ ਹੁੰਦਾ ਜਿਹੜਾ ਕਿ ਲਵ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਦੂਜਾ ਵਾਇਲੈਂਸ ਹੁੰਦਾ, ਔਰ ਤੀਸਰੀ ਕਮੇਡੀ ਹੁੰਦੀ ਹੈ, ਔਰ ਉਹਦੇ ਨਾਂ ਥੱਲੇ ਜੋ ਬੱਚਿਆਂ ਨੂੰ ਪਰੋਸਿਆ ਜਾ ਰਿਹਾ, ਬੱਚੇ ਵਿਚਾਰੇ ਉਹਨੂੰ ਸੱਚ ਮੰਨ ਜਾਂਦੇ ਨੇ। ਯੂ ਮੀਨ 뮤직 ਇੰਡਸਟਰੀ, ਗਾਣੇ, ਫਿਲਮਾਂ ਪ੍ਰਮੋਟ ਕਰ ਰਹੀਆਂ ਨੇ ਡਰੱਗਸ ਨੂੰ, ਤੁਹਾਡੇ ਕਹਿਣ ਤੋਂ ਭਾਵ ਹੈ? ਮੇਰਾ ਸਵਾਲ ਇੱਕ ਹੋਰ ਹੈ, ਥੋੜਾ ਜਿਹਾ ਪਿੱਛੇ ਦੇਖੀਏ, ਮਤਲਬ ਪਿਛਲੀ ਜਨਰੇਸ਼ਨ ਵੱਲ ਦੇਖੀਏ, ਜੱਗਾ ਡਾਕੂ ਵਰਗੇ ਗਾਣੇ, ਹੋਰ ਅਜਿਹੇ ਬਥੇਰੇ ਗਾਣੇ ਆਉਂਦੇ ਸੀਗੇ,
ਬਟ ਉਹ ਚੀਜ਼ਾਂ ਉਹ ਵਾਲੀ ਜਨਰੇਸ਼ਨ ਇੰਨੀ ਪ੍ਰਭਾਵਿਤ ਨਹੀਂ ਹੁੰਦੀ ਸੀ, ਫਿਰ ਅੱਜ ਦਾ ਯੂਥ ਕਿਉਂ ਇੱਡਾ ਡਰੱਗਸ ਫਸਦਾ ਜਾ ਰਿਹਾ, ਇੰਨਾ ਕਿਉਂ ਪ੍ਰਭਾਵਿਤ ਹੋ ਰਿਹਾ? ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਜਿਹੜੇ ਸੰਸਕਾਰ ਜਾਂ ਕਲਚਰ ਮੋਰਲ ਵੈਲਿਊਜ਼ ਆਪਣੇ ਬੱਚਿਆਂ ਨੂੰ ਅੱਗੇ ਦੇ ਰਹੇ ਹਾਂ ਉਹਦੇ 'ਚ ਸਾਡੀ ਤਰਫ ਤੋਂ ਵੀ ਕਮੀ ਘਾਟ ਹੈਗੀ ਹੈ? ਕੱਲਾ ਅਸੀਂ ਮਿਊਜ਼ਿਕ ਨੂੰ ਬਲੇਮ ਤਾਂ ਨਹੀਂ ਕਰ ਸਕਦੇ, ਬਟ ਇਕੱਲੇ ਪੇਰੈਂਟਸ ਵੀ ਜਿਹੜੇ ਆ ਉਹ ਕਸੂਰਵਾਰ ਨਹੀਂ। ਪੇਰੈਂਟਸ ਤਾਂ ਕਦੇ ਵੀ ਨਹੀਂ ਕੋਈ ਆਪਣੇ ਬੱਚੇ ਨੂੰ ਮਾੜੀ ਗੱਲ ਸਿਖਾਉਂਦੇ, ਜੋ ਵੀ ਸਿਖਾਉਂਦੀ ਸੁਸਾਇਟੀ ਸਿਖਾਉਂਦੀ ਆ, ਉਹਨਾਂ ਦੇ ਦੋਸਤ ਸਿਖਾਉਂਦੇ ਆ, ਉਹਨਾਂ ਦਾ ਸੁਣਨ ਵਾਲਾ ਮਿਊਜ਼ਿਕ ਸਿਖਾਉਂਦਾ ਹੈ। ਪਰ ਸੁਸਾਇਟੀ ਵੀ ਤਾਂ ਪੇਰੈਂਟਸ ਹੀ ਦੇ ਰਹੇ ਆ, ਕਿਸ ਤਰ੍ਹਾਂ ਦੀ ਸੁਸਾਇਟੀ ਅਸੀਂ ਦੇ ਰਹੇ ਆ? ਐਨੀਵੇਜ਼, ਇੱਕ ਇਲਜ਼ਾਮ ਹੋਰ ਲੱਗ ਰਿਹਾ ਕਿ ਕਬੱਡੀ ਫੈਡਰੇਸ਼ਨ ਵਾਲਿਆਂ ਨੂੰ ਲਗਾਤਾਰ ਅਸੀਂ ਸੁਣਦੇ ਆ ਕਿ ਉਹ ਕਿਤੇ ਨਾ ਕਿਤੇ ਡਰੱਗਸ ਦੇ ਨਾਲ ਲੰਬੇ ਸਮੇਂ ਤੋਂ ਉਹਨਾਂ ਦਾ ਨਾਮ ਜੁੜਦਾ ਰਿਹਾ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਮੈਨੂੰ ਤਾਂ ਇਹ ਲੱਗਦਾ ਕਿ ਕਬੱਡੀ ਨੂੰ ਜੱਫਾ ਹੀ ਡਰੱਗ ਦਾ ਲੱਗਿਆ ਹੋਇਆ ਹੈ। ਔਰ ਜਦੋਂ ਸਾਡੇ ਲੋਕਾਂ ਦੇ ਡੋਪ ਟੈਸਟ ਜਿਹੜੇ ਆ, ਉਹਨਾਂ ਦੀਆਂ ਰਿਪੋਰਟਸ ਤੁਸੀਂ ਡਾਟਾ ਉਹਨਾਂ ਦਾ ਕੱਢ ਕੇ ਦੇਖ ਲਓ, ਔਰ ਤੁਸੀਂ ਸਭ ਤੋਂ ਮੰਦਭਾਗੀ ਮਨਪ੍ਰੀਤ ਜਿਹੜੀ ਗੱਲ ਹੈ ਕਿ ਕਾਫੀ ਸਾਰੇ ਕਬੱਡੀ ਦੇ ਟੂਰਨਾਮੈਂਟ ਸਾਡੇ ਇੱਥੇ ਇੱਕ ਗੁਰਦੁਆਰਾ ਸਾਹਿਬਾਨ ਦੀ ਪਾਰਕਿੰਗ ਦੇ ਵਿੱਚ ਹੁੰਦੇ ਸੀਗੇ, ਗਰਾਊਂਡ ਦੇ ਵਿੱਚ ਹੁੰਦੇ ਸੀ, ਔਰ ਉੱਥੋਂ ਜਦੋਂ ਉਹ ਬਾਅਦ ਸਫਾਈ ਕਰਦੇ ਸੀ ਤਾਂ ਪਤਾ ਲੱਗਦਾ ਸੀ ਕਿ ਬਹੁਤ ਜ਼ਿਆਦਾ ਵੱਡੀ ਸੰਖਿਆ 'ਚ ਟੀਕੇ, ਗੋਲੀਆਂ, ਉੱਥੋਂ ਇਸ ਤਰ੍ਹਾਂ ਦੇ ਨਸ਼ੀਲੇ ਜਿਹੜੇ ਸੀਗਾ ਸਮਾਨ ਮਿਲ ਜਾਂਦਾ ਸੀ। ਸੋ ਇਹ ਗੱਲ ਦਾ ਬੜਾ ਵੱਡਾ ਪਰੂਫ ਹੈ। ਔਰ ਜਿਹੜੇ ਡੋਪ ਟੈਸਟ ਨੇ ਜਾਂ ਇਹ ਜਿਹੜੇ ਮੁੰਡੇ ਜਿਮ ਕਲਚਰ ਨਾਲ ਜੁੜੇ ਨੇ ਜਾਂ ਕਬੱਡੀ ਨਾਲ ਜੁੜੇ ਨੇ, ਇਹ ਈਜ਼ੀਲੀ ਟਾਰਗੇਟ ਡਰੱਗ ਪੈਡਲਰਸ ਦਾ ਬਣ ਜਾਂਦੇ ਆ, ਫਿਰ ਉਹ ਇਹਨਾਂ ਨੂੰ ਵਰਤਦੇ ਆ। ਔਰ ਅੱਜ ਤਾਂ ਜਿਹੜਾ ਹੈਗਾ ਨਾ, ਅੱਜ ਕਬੱਡੀ ਤੇ ਡਰੱਗ ਦੋਹਾਂ ਚੀਜ਼ਾਂ ਨੂੰ ਤੁਸੀਂ ਵੱਖਰਾ ਵੇਖ ਹੀ ਨਹੀਂ ਸਕਦੇ, ਔਰ ਬਹੁਤ ਜ਼ਿਆਦਾ ਮੰਦਭਾਗੀ ਗੱਲ ਹੈ ਸਾਡੇ। ਅਸੀਂ ਬੱਚਿਆਂ ਨੂੰ ਗੇਮਸ ਵੱਲ ਇਸ ਕਰਕੇ ਪਾਉਂਦੇ ਸੀ ਕਿ ਬੱਚੇ ਮਾੜੀਆਂ ਚੀਜ਼ਾਂ ਤੋਂ ਬਚ ਜਾਣ, ਇਹ ਆਪਣੀ ਜਿਹੜੀ ਫਿਜ਼ੀਕਲ ਫਿਟਨੈਸ ਦੀ ਦੁਨੀਆ ਵਿੱਚ ਚਲੇ ਜਾਣ। ਮਨਪ੍ਰੀਤ, ਸਭ ਤੋਂ ਮਾੜੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਕਿਸੇ ਸਮੇਂ ਡਰੱਗ ਵੇਚਣ ਵਾਲੇ ਲੋਕ ਇੱਕ ਵਿਲਨ ਦੇ ਤੌਰ 'ਤੇ ਸੈਟੀ 'ਚ ਵਿਚਰਦੇ ਸੀ, ਲੋਕ ਉਹਨੂੰ ਬੜਾ ਮਾੜਾ ਸਮਝਦੇ ਸੀ, ਲੋਕ ਕਹਿੰਦੇ ਸੀ ਇਹਨਾਂ ਦੇ ਨਾਲ ਨਾ ਰੋਲੋ ਤੁਸੀਂ, ਬੱਚਿਆਂ ਨੂੰ ਸਿੱਖਿਆ ਦਿੰਦੇ ਸੀ। ਪਰ ਅੱਜ ਜਦੋਂ ਡਰੱਗ ਵਾਲੇ ਵੱਡੀਆਂ ਕਾਰਾਂ 'ਤੇ ਔਰ ਪੋਲੀਟੀਕਲ ਬੰਦਿਆਂ ਦੇ ਨਾਲ, ਮੈਂ ਕਹਿੰਦਾ ਡਰੱਗ ਜਿਹੜੀ ਸਨਮਾਨਤ ਇੰਨਾ ਹੋ ਚੁੱਕੀ ਹੈ, ਔਰ ਇਸ ਬਿਮਾਰੀ ਨੂੰ ਤੁਸੀਂ ਇੰਨਾ ਈਜ਼ੀਲੀ ਨਹੀਂ ਅਸੀਂ ਲੈ ਸਕਦੇ ਜਿੰਨਾ ਅਸੀਂ ਸਿਰਫ ਗੱਲਾਂ ਦੀ ਗੱਲ ਨਹੀਂ ਹੈਗੀ ਕਿ ਕਿਸੇ ਨੇ ਡਰਿੰਕ ਕਰ ਲਈ ਜਾਂ ਕਿਸੇ ਨੇ ਓਪੀਆਇਡ ਦਾ ਯੂਜ਼ ਕਰ ਲਿਆ, ਇਹ ਤਾਂ ਬਹੁਤ ਵੱਡੀ ਬਿਮਾਰੀ ਹੈ। ਔਰ ਉਹ ਉਸ ਤਰ੍ਹਾਂ ਦਾ ਨੈਰੇਟਿਵ, ਉਸ ਤਰ੍ਹਾਂ ਦਾ ਡਾਇਲੋਗ ਨਹੀਂ ਹੈ ਸਾਡੇ ਕੋਲ ਸੋਸਾਇਟੀ ਕੋਲ। ਸੋ ਤੁਸੀਂ ਇਹ ਪ੍ਰੋਗਰਾਮ, ਹਾਂਜੀ, ਮੈਂ ਇੱਕ ਹੋਰ ਗੱਲ ਤੁਹਾਡੇ ਤੋਂ ਸਮਝਣਾ ਚਾਹੁੰਦੇ ਕਿ ਕੈਨੇਡਾ ਦੀ ਗਵਰਨਮੈਂਟ ਨੇ ਭੰਗ ਨੂੰ ਲੀਗਲ ਕਰ ਦਿੱਤਾ ਹੈ, ਤੇ ਕਿਤੇ ਨਾ ਕਿਤੇ ਇਸ ਦਾ ਪ੍ਰਭਾਵ ਯੂਥ ਤੇ ਟੀਨੇਜਰ ਤੇ ਵੀ ਪੈ ਰਿਹਾ ਹੈ, ਇਸ ਦਾ ਵਿਰੋਧ ਖੈਰ ਪੰਜਾਬੀਆਂ ਨੇ ਵੀ ਕੀਤਾ ਸੀ, ਇਸ ਤੋਂ ਤੁਸੀਂ ਕਿਵੇਂ ਵੇਖਦੇ ਹੋ? ਬਿਲਕੁਲ ਪੈ ਰਿਹਾ ਜੀ, ਪੰਜਾਬੀਆਂ ਦੇ ਬੱਚੇ ਵੀ ਵੇਪ ਵੱਲ ਜਾ ਰਹੇ ਆ, ਔਰ ਜਿਹੜੀ ਸਮੋਕਿੰਗ ਨੂੰ ਅਸੀਂ ਧਾਰਮਿਕ ਤੌਰ 'ਤੇ ਵੀ ਜਿਹਦੀ ਮਨਾਹੀ ਕੀਤੀ ਗਈ ਸੀ, ਔਰ ਸਾਡੇ ਜਿਹੜੇ ਧਾਰਮਿਕ ਤੌਰ 'ਤੇ ਗੁਰੂ ਸਾਹਿਬਾਨਾਂ ਨੇ ਰਹਿਤਨਾਮੇ ਸਾਨੂੰ ਦਿੱਤੇ ਸੀ, ਉਹਨਾਂ ਦੇ ਵਿੱਚ ਖਾਸ ਤੌਰ 'ਤੇ ਟਬੈਕੋ ਨੂੰ, ਤੰਬਾਕੂ ਨੂੰ ਜਾਂ ਇਸ ਤਰ੍ਹਾਂ ਦੇ ਨਸ਼ਿਆਂ ਨੂੰ ਵਰਜਿਤ ਕੀਤਾ ਗਿਆ ਸੀ, ਔਰ ਸਾਡੇ ਬੱਚੇ ਓਪਨਲੀ ਉਹਨਾਂ ਦੁਕਾਨਾਂ 'ਤੇ ਤੁਸੀਂ ਜਾ ਕੇ ਸ਼ਾਮ ਨੂੰ ਦੇਖ ਸਕਦੇ ਹੋ ਕਿ ਕਿਵੇਂ ਲਾਈਨ ਅਪ ਹੋਏ ਹੁੰਦੇ ਆ ਉਹ ਵੇਪ ਬਾਏ ਕਰ ਰਹੇ ਹੁੰਦੇ ਆ ਉਹ। ਸੋ ਇਹ ਮੈਂ ਕਹਿੰਦਾ ਕਿ ਜਦੋਂ ਕਿਸੇ ਨੂੰ ਕਹਿੰਦੇ ਕਿ ਸਿਰ ਦੁਖਦਾ ਸੀ ਅਤੇ ਉਹਦੇ ਪੈਰ 'ਤੇ ਥੌੜੀ ਮਾਰੋ ਤਾਂ ਉਹ ਸਿਰ ਭੁੱਲ ਜਾਂਦਾ ਸੀ, ਇਹ ਕੋਈ ਤਰੀਕਾ ਨਹੀਂ ਹੈ ਕਿ ਉਹਦਾ ਅਲਟਰਨੇਟਿਵ ਤੁਸੀਂ ਦੇ ਦਿਓ। ਤਰੀਕੇ ਹੋਰ ਬੜੇ ਹੋ ਸਕਦੇ ਸੀ ਜਿਨ੍ਹਾਂ ਦੇ ਨਾਲ ਅਸੀਂ ਸੁਸਾਇਟੀ ਨੂੰ ਅਵੇਅਰ ਕਰ ਸਕਦੇ ਸੀ, ਜਾਗਰਤ ਕਰ ਸਕਦੇ ਹਾਂ, ਪਰ ਉਸ ਤਰ੍ਹਾਂ ਦਾ ਜਿਹੜਾ ਨੈਰੇਟਿਵ ਹੈ ਉਹ ਬੜਾ ਮੱਧਮ ਰੂਪ ਚੱਲਦਾ, ਔਰ ਉਸ ਤਰ੍ਹਾਂ ਦਾ ਕ੍ਰੀਏਟ ਵਿਜ਼ਨਰੀ ਪ੍ਰੋਗਰਾਮ ਹੈ ਨਹੀਂ ਹਜੇ ਇੱਥੇ ਸਾਡੇ ਕੋਲ। ਇੰਡੀਆ ਦੇ ਵਿੱਚ ਤੁਸੀਂ ਵਕੀਲ ਰਹੇ ਹੋ, ਕੀ ਕਾਰਨ ਹੈ, ਤੁਹਾਨੂੰ ਕੀ ਲੱਗਦਾ ਕਿ ਕੈਨੇਡਾ ਦੇ ਕਾਨੂੰਨ ਘੱਟ ਸਖਤ ਨੇ ਇੰਡੀਆ ਨਾਲੋਂ, ਇਹ ਕਾਰਨ ਹੈ ਕਿ ਜਿਹੜਾ ਯੂਥ ਹੈ ਡਰੱਗ ਕਲਚਰ ਗੈਂਗਸਟਰ ਕਲਚਰ ਦੇ ਵਿੱਚ ਉੱਥੇ ਵੀ ਫਸਦਾ ਜਾ ਰਿਹਾ, ਜਾਂ ਨੌਜਵਾਨਾਂ ਨੂੰ ਅੱਜ ਦੀ ਡੇਟ ਦੇ ਵਿੱਚ ਡਰ ਨਹੀਂ ਰਹੇ ਆ? ਮੈਂ ਇੱਕ ਗੱਲ ਤੁਹਾਨੂੰ ਸਿਰਫ ਦੱਸਣੀ ਚਾਹੁੰਦਾ ਕਿ ਇੱਥੇ ਹਰ ਰੋਜ਼ 17 ਮੌਤਾਂ ਡਰੱਗ ਦੀ ਓਵਰਡੋਜ਼ ਦੇ ਨਾਲ ਹੁੰਦੀਆਂ ਸਾਡੇ ਕੈਨੇਡਾ ਵਿੱਚ, ਜੇ ਅਸੀਂ ਪਾਪੂਲੇਸ਼ਨ ਕੰਪੇਅਰ ਕਰੀਏ ਤਾਂ ਪੰਜਾਬ ਨਾਲੋਂ ਕਾਫੀ ਘੱਟ ਹੈ। ਸੋ ਦੂਸਰਾ ਜਿਹੜਾ 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 ਕ੍ਰਾਈਮ ਦਾ ਰੈਕਰਡ ਹੈਗਾ, ਕ੍ਰਾਈਮ ਕੇਸਿਸ ਨੇ ਜਿੰਨੇ, ਜਿਹੜੇ ਜ਼ੁਰਮ ਲੋਕ ਕਰਦੇ ਆ ਉਹਦਾ ਵੀ ਕੰਪੇਰੇਬਲ ਜੇ ਅਸੀਂ ਕਰੀਏ ਤਾਂ ਪੰਜਾਬ ਨਾਲੋਂ ਕਾਫੀ ਘੱਟ ਹੈ। ਕੋਈ ਇਹ ਨਹੀਂ ਕਿ ਪੰਜਾਬ 'ਚ ਹੀ ਇਕੱਲਾ ਹੈ, ਪੰਜਾਬ 'ਚ ਵੀ ਇਹ ਮਾੜੀ ਗੱਲ ਹੈ ਔਰ ਕੈਨੇਡਾ 'ਚ ਵੀ ਇਹ ਮਾੜੀ ਗੱਲ ਹੈ। ਜਿਹੜਾ ਕੁਐਸਚਨ ਤੁਸੀਂ ਪੁੱਛਿਆ ਕਿ ਕੀ ਇਹ ਜਿਹੜੇ ਲਾਜ਼ ਬੜੇ ਸੌਫਟ ਹੈ, ਬਿਲਕੁਲ, ਮੈਂ ਜਿਹੜਾ NDPS ਲਾਅ ਹੈ ਨਾ, ਜਿਹੜਾ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਜਿਹੜਾ ਬਣਿਆ ਹੋਇਆ ਉਹ ਇੰਟਰਨੈਸ਼ਨਲ ਤੌਰ 'ਤੇ ਅਪਰੂਵਡ ਹੈ, ਲਾਜ਼ ਬੜੇ ਵਧੀਆ ਨੇ, ਬਟ ਜਿਹੜੀ ਪੁਲਿਸ ਦੀ ਫੰਕਸ਼ਨਿੰਗ ਹੈ, ਮੈਂ ਕਹਿੰਦਾ ਵੀ ਮੈਨੂੰ ਮੈਂ ਬੜੀ ਦਾਅਵੇ ਨਾਲ ਕਹਿ ਸਕਦਾ ਕਿ ਪੁਲਿਸ ਦੀ ਫੰਕਸ਼ਨਿੰਗ ਕੈਨੇਡਾ ਦੇ ਵਿੱਚ ਕੰਪੇਰੇਬਲੀ ਮਾੜੀ ਹੈ, ਔਰ ਇਹ ਮੌਕੇ ਪ੍ਰੋਵਾਈਡ ਕਰਦੀ ਹੈ ਕਿ ਕੋਈ ਗੱਲ ਨਹੀਂ, ਲੈਟ ਇਟ ਹੈਪਨ, ਦੈਨ ਵੀ ਵਿਲ ਕੰਟਰੋਲ, ਐਂਡ ਇਟਸ ਨਾਟ ਈਜ਼ੀ ਟੂ ਯੂ ਨੋ ਕਲੈਕਟ ਦਾ ਪਰੂਫਸ ਅਗੇਂਸਟ ਕਲਪਰੇਟਸ, ਹੈ ਨਾ। ਸੋ ਉਹਨਾਂ ਨੂੰ ਕਲਪਰੇਟਸ ਦੇ ਖਿਲਾਫ ਸਬੂਤ ਇਕੱਠੇ ਕਰਨੇ, ਇਨਫੋਰਮੇਸ਼ਨ ਇਕੱਠੀ ਕਰਨੀ, ਇਲੀਗਲ ਮਨੀ ਦੀ ਰਿਕਵਰੀ ਦਾ ਮਾਮਲਾ ਹੈ, ਉਹ ਡਰੱਗ ਵਾਲੇ ਜਿਹੜੇ ਹੈ ਨਾ ਉਹ ਸਨਮਾਨ ਤਾਂ ਇੰਨੇ ਹੋ ਰਹੇ ਆ, ਜਿਹੜੀਆਂ ਚੀਜ਼ਾਂ ਯੂਥ ਨੂੰ ਅਟਰੈਕਟ ਕਰਦੀਆਂ, ਡਰੱਗ ਵਾਲੇ ਬਹੁਤ ਵੱਡੇ ਘਰਾਂ 'ਚ ਰਹਿੰਦੇ ਆ, ਬਹੁਤ ਹੀ ਵੱਡੀਆਂ ਕਾਰਾਂ 'ਚ ਰਹਿੰਦੇ ਆ,
ਡਰੱਗ ਵਾਲੇ ਐਮਪੀਜ਼ ਦੇ ਫੰਡਰੇਜ਼ਿੰਗ ਤੇ ਉਹਨਾਂ ਦੀਆਂ ਫਰੰਟ ਚੇਅਰਸ ਹੁੰਦੀਆਂ। ਮੈਂ ਤੁਹਾਨੂੰ ਸੌਰੀ ਕਹਿ ਰਿਹਾ ਕਿ ਤੁਹਾਡੇ ਮੀਡੀਆ ਦੇ ਵਿੱਚ ਵੀ ਡਰੱਗ ਵਾਲੇ ਜਿਹੜੇ ਹੈ ਨਾ ਉਹ ਇੰਨੇ ਛਾਏ ਹੋਏ ਆ ਕਿ ਉਹ ਕਿਸੇ ਵੀ ਮੀਡੀਆ ਨੂੰ ਬਾਏ ਕਰਕੇ ਆਪਣੇ ਜਿਹੜੇ ਆ ਉਹਨਾਂ ਦਾ ਮਾਨ ਸਨਮਾਨ ਉਹ ਲੈਂਦੇ ਆ। ਕਬੱਡੀ ਜਿਹੜੇ ਕਰਵਾਉਣ ਵਾਲੇ ਆ ਪ੍ਰਮੋਟਰਸ ਨੇ ਉਹਨਾਂ 'ਚ ਡਰੱਗ ਦਾ ਪੈਸਾ ਲੱਗਦਾ। ਔਰ ਬੜੀ ਹੀ ਸ਼ਰਮ ਦੀ ਗੱਲ ਹੈ ਕਿ ਮੈਂ ਕਹਿੰਦਾ ਮੰਦਰਾਂ ਗੁਰਦੁਆਰਿਆਂ ਦੇ ਡਾਇਰੈਕਟਰ ਜਦੋਂ ਲੈਂਦੇ ਆ ਉਹ ਵੱਡਾ ਦਾਨ ਵੇਖ ਕੇ ਲੈ ਜਾਂਦੇ ਕਿ ਕਿਹੜਾ ਬੰਦਾ ਸਭ ਤੋਂ ਵੱਡਾ ਦਾਨ ਕਰਦਾ। ਸੋ ਡਰੱਗ ਵਾਲਿਆਂ ਦਾ ਤਾਂ ਇੰਨਾ ਜਿਹੜਾ ਦਾਨ ਕਰਦਾ ਹੈ ਉਹ ਇੱਕ ਕਿਰਤੀ ਬੰਦਾ ਕਦੇ ਸੋਚ ਵੀ ਨਹੀਂ ਸਕਦਾ। ਉਸ ਤਰ੍ਹਾਂ ਦੀ ਜ਼ਿੰਦਗੀ ਲਾਈਫ ਸਟਾਈਲ ਇੱਕ ਕਿਰਤੀ ਬੰਦੇ ਲਈ ਬੜੀ ਔਖੀ ਹੈ। ਇੱਕ ਬੜਾ ਸੈਂਸਿਟਿਵ ਜਿਹਾ ਇਸ਼ੂ ਹੈ, ਉਸ ਤੇ ਮੈਂ ਸਵਾਲ ਪੁੱਛਣ ਜਾ ਰਹੀ ਹਾਂ ਕਿ ਕੈਨੇਡਾ ਜਿਹੜਾ ਹੈ ਹਿਊਮਨ ਰਾਈਟਸ ਦਾ ਮੋਰੀ ਹੈ, ਇਹ ਗੱਲ ਤੁਸੀਂ ਵੀ ਜਾਣਦੇ ਹੋ। ਸੋ ਦੇਸ਼ ਦੇ ਵਿੱਚ, ਇਸ ਦੇਸ਼ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਲਗਾਤਾਰ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਬੱਚਿਆਂ ਦੇ ਕੰਕਾਲ ਜਿਹੜੇ ਨੇ ਮਿਲ ਰਹੇ ਨੇ, ਇਸ ਨੂੰ ਤੁਸੀਂ ਇਹ ਮਾਜਰਾ ਕੀ, ਇਸ ਨੂੰ ਕਿਵੇਂ ਵੇਖਦੇ ਹੋ? ਜਦੋਂ ਜਿਹੜੀ ਕੈਨੇਡਾ ਦੀ ਨਾ ਜਿਹੜੀ ਹਿਸਟਰੀ ਆ ਉਹ 450 ਸਾਲ ਪੁਰਾਣੀ ਹੈ। ਤੁਹਾਨੂੰ ਯਾਦ ਹੋਣਾ ਜਦੋਂ ਕੋਲੰਬਸ ਨੇ ਫਾਇੰਡ ਆਊਟ ਕੀਤਾ ਸੀ ਅਮਰੀਕਾ ਨੂੰ, ਸੋ ਜਿਹੜਾ ਕੋਲੰਬਸ ਸੀਗਾ ਉਹ ਬਾਬਾ ਨਾਨਕ ਤੋਂ 10 ਸਾਲ ਵੱਡਾ ਸੀ ਏਜ ਦਾ। ਸੋ 15ਵੀਂ ਸਦੀ ਦੀਆਂ ਜਿਹੜੀਆਂ ਇਹ ਗੱਲਾਂ ਨੇ, 15ਵੀਂ ਸਦੀ ਦੇ ਵਿੱਚ ਇਹ ਜਿਹੜੇ ਕੋਲੋਨਾਈਜ਼ਰ ਸੀਗੇ ਇੱਥੇ ਆਏ, ਉਸ ਤੋਂ ਪਿੱਛੋਂ ਜਿਹੜੇ ਇੱਥੋਂ ਦੇ ਲੋਕਲ ਲੋਕ ਸੀ ਉਹਨਾਂ ਨੂੰ ਇੰਡੀਅਨ ਲੋਕ ਕਹਿੰਦੇ ਸੀ, ਉਹਨਾਂ ਨੂੰ ਐਬੋਰੀਜਨਲ ਲੋਕ ਕਹਿੰਦੇ ਸੀ। ਉਹਨਾਂ ਦੇ ਕੋਲ ਆਪਣੀ ਲੈਂਗੁਏਜ ਸੀ, ਆਪਣੇ ਮਿਊਜ਼ਿਕ ਸੀ, ਆਪਣੇ ਰਿਵਾਜ਼ ਸੀ, ਆਪਣੇ ਉਹਨਾਂ ਦੀ ਸੁਸਾਇਟੀ ਇੱਕ ਮਤਲਬ ਬੜੀ ਫਲਰਿਸ਼ ਪੂਰੀ ਵਧੀਆ ਸੁਸਾਇਟੀ ਸੀ। ਬਟ ਜਦੋਂ ਬਾਹਰ ਦੇ ਹਮਲਾਵਰ ਇੱਥੇ ਆਏ ਔਰ ਉਹਨਾਂ ਦੇ ਨਾਲ ਜਿਹੜੇ ਕੈਥੋਲਿਕ ਮਿਸ਼ਨਰੀਜ਼ ਧਰਮ ਦੇ ਪ੍ਰਚਾਰਕ ਵੀ ਇੱਥੇ ਆਏ, ਤਾਂ ਉਹਨਾਂ ਨੇ ਉਹਨਾਂ ਦੇ ਬੱਚਿਆਂ ਨੂੰ, ਜੇ ਤੁਸੀਂ ਜਿਹੜੇ ਕਾਫੀ ਸਾਰੇ ਮਤਲਬ ਉਹਨਾਂ ਦੇ ਜਿਹੜੀਆਂ ਬੜਾ ਥੋੜ੍ਹਾ ਲਿਟਰੇਚਰ ਲਿਖਿਆ ਗਿਆ ਉਹਨਾਂ 'ਤੇ, ਉਹਨਾਂ ਦੀ ਬੋਲੀ ਖਤਮ ਹੋ ਗਈ, ਉਹਨਾਂ ਦਾ ਮਿਊਜ਼ਿਕ ਖਤਮ ਹੋ ਗਿਆ, ਉਹਨਾਂ ਦੇ ਰੀਤੀ ਰਿਵਾਜ਼ ਖਤਮ ਹੋ ਗਏ, ਔਰ ਉਹਨਾਂ ਦੇ ਬੱਚਿਆਂ ਨੂੰ ਧੱਕੇ ਨਾਲ ਸਕੂਲਾਂ ਦੇ ਵਿੱਚ ਪਸ਼ੂਆਂ ਵਾਲੇ ਟਰੱਕ ਵਿੱਚ ਸੁੱਟ ਕੇ ਲੈ ਕੇ ਜਾਇਆ ਜਾਂਦਾ ਸੀਗਾ। ਔਰ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ 'ਤੇ ਐਟਰੋਸਿਟੀਜ਼ ਇੰਨੀਆਂ ਹੁੰਦੀਆਂ ਸੀ, ਉਹਨਾਂ ਦੇ ਉੱਤੇ ਜ਼ੁਲਮ ਇੰਨੇ ਹੁੰਦੇ ਸੀ, ਉਹਨਾਂ ਨੂੰ ਮਾਰਿਆ ਜਾਂਦਾ ਸੀ। ਔਰ ਜਿਹੜੀ ਫਿਜ਼ੀਕਲ ਜੈਨੋਸਾਈਡ ਵੀ ਹੋਈ ਹੈ ਔਰ ਕਲਚਰਲ ਜੈਨੋਸਾਈਡ ਵੀ ਉਹਨਾਂ ਦੀ ਬਹੁਤ ਵੱਡੇ ਲੈਵਲ ਦੇ ਉੱਤੇ ਹੋਈ ਹੈ, ਜਿਹਦੇ ਛੋਟੇ ਛੋਟੇ ਪਰੂਫ ਆ। 715 ਬੱਚਿਆਂ ਦਾ ਪਰੂਫ ਮਿਲਿਆ ਸਕੈਚਵਨ, 200 ਕੁਛ ਬੱਚਿਆਂ ਦਾ ਜਿਹੜਾ ਹੈਗਾ ਪਰੂਫ ਮਿਲਿਆ ਬ੍ਰਿਟਿਸ਼ ਕੋਲੰਬੀਆ ਵਿੱਚ। ਇਸ ਤਰ੍ਹਾਂ ਹੋਰ ਬੜੀਆਂ ਥਾਵਾਂ ਨੇ ਜਿਹੜੀਆਂ ਹਜੇ ਅਨਅਰਥ ਕਰਨ ਵਾਲੀਆਂ ਨੇ। ਇਹ ਗ੍ਰੇਵਯਾਰਡ ਜਿਹੜੀਆਂ ਉਹਨਾਂ ਦੀਆਂ ਅਨਮਾਰਕਡ ਗ੍ਰੇਵਯਾਰਡ ਮਿਲੀਆਂ ਨੇ, ਇਹ ਪਰੂਫ ਸਾਨੂੰ ਉੱਥੋਂ ਮਿਲਿਆ। ਸੋ ਮਨਪ੍ਰੀਤ, ਇਹ ਬਹੁਤ ਮੰਦਭਾਗਾ ਹੈ। ਮੈਂ ਕਹਿੰਦਾ ਦੁਨੀਆ ਸਾਰੀ ਦੇ ਉੱਪਰ ਜਿੱਥੇ ਵੀ ਕਿਤੇ ਕਿਸੇ, ਮੈਂ ਕਹਿ ਸਕਦਾ ਕਿ ਬੇਕਸੂਰ ਨੂੰ, ਜਿੱਥੇ ਵੀ ਕਿਤੇ ਕਿਸੇ ਬੇਕਸੂਰ ਦੀ ਹੱਤਿਆ ਹੁੰਦੀ ਹੈ ਜਾਂ ਕਿਸੇ ਨੂੰ ਇਨਸਾਫ ਨਹੀਂ ਮਿਲਦਾ, ਉਹ ਵਿਕਟਮ ਬਣਦੇ ਆ ਲੋਕ। ਸੋ ਇਨੋਸੈਂਟ ਜਿਹੜੀ ਕਿਲਿੰਗ ਆ, ਇਨੋਸੈਂਟ ਕਿਲਿੰਗ, ਇਨੋਸੈਂਟ ਜੈਨੋਸਾਈਡ, ਇਨੋਸੈਂਟ ਜਿਹੜਾ ਤਸ਼ੱਦਦ ਹੈਗਾ, ਇਨੋਸੈਂਟ ਬੰਦੇ ਨਾਲ ਗਾਲ ਵੀ ਕੱਢਣੀ ਹੈ, ਮੈਂ ਕਹਿੰਦਾ ਉਹ ਬਹੁਤ ਹੀ ਮਾੜੀ ਗੱਲ ਹੈ। ਔਰ ਜਿੱਥੇ ਵੀ ਕਿਤੇ ਹੋਇਆ, ਇਹ ਬੜਾ ਹੀ ਮੰਦਭਾਗਾ ਹੈ, ਹਿਸਟਰੀ ਦਾ ਬੜਾ ਵੱਡਾ ਕਲੰਕ ਹੈ ਕੈਨੇਡਾ ਦੇ ਉੱਪਰ। ਔਰ ਇੱਕ ਪਿਛਲੇ 100 ਪੁਰਾਣੀ ਹਿਸਟਰੀ ਹੈ, ਇਹ ਬਹੁਤ ਲੰਬੀ ਹਿਸਟਰੀ ਵੀ ਨਹੀਂ ਹੈਗੀ। ਅਤੇ ਇਹ ਕੈਨੇਡਾ ਇੱਕ ਯੰਗ ਕੰਟਰੀ ਹੈ ਔਰ ਕੈਨੇਡਾ ਜਿਹੜਾ ਹੈਗਾ ਬਾਕੀ ਕੰਟਰੀਜ਼ ਦੇ ਨਾਲੋਂ ਹਿਊਮਨ ਰਾਈਟਸ ਦਾ ਕਾਫੀ ਖਿਆਲ ਰੱਖਦਾ। ਇਹ ਲੜਕੀਆਂ ਦੇ, ਲੇਡੀਜ਼ ਦੇ ਅਧਿਕਾਰਾਂ ਨੂੰ, ਬੱਚਿਆਂ ਦੇ ਅਧਿਕਾਰਾਂ ਨੂੰ ਹੁਣ ਬੜੀ ਪਹਿਲ ਦਿੱਤੀ ਜਾਂਦੀ ਹੈ। ਪਰ ਡੇਜ਼ ਗੋਨ ਬੈਕ, 100 ਪਹਿਲਾਂ ਵੀ ਜੇ ਹੋਇਆ ਤਾਂ ਉਹ ਬਹੁਤ ਮਾੜਾ ਹੋਇਆ। ਮੈਂ ਕਹਿੰਦਾ ਕਿ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ, ਜਦੋਂ ਇਹ ਲੋਕਾਂ ਦੇ ਹੋਰ ਕੰਮਾਂ 'ਤੇ ਇਹਨਾਂ ਨੂੰ ਫਾਈਨੈਂਸ਼ੀਅਲ ਏਡ ਦਿੰਦੀਆਂ ਨੇ, ਤਾਂ ਇਹਨਾਂ ਨੂੰ ਹੁਣ ਵੀ ਵਿਕਟਮਸ ਦੇ ਬੱਚਿਆਂ ਦੇ ਨਾਲ, ਵਿਕਟਮਸ ਦੇ ਪੇਰੈਂਟਸ ਦੇ ਨਾਲ, ਉਹਨਾਂ ਦੀਆਂ ਫੈਮਿਲੀਜ਼ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਉਹਨਾਂ ਨੂੰ ਫਾਈਨੈਂਸ਼ੀਅਲ ਪੈਸੇ ਵੀ ਦੇਣੇ ਚਾਹੀਦੇ ਹੈ, ਉਹਨਾਂ ਨੂੰ ਕੰਪਨਸੇਸ਼ਨ ਦੇਣਾ ਚਾਹੀਦਾ, ਉਹਨਾਂ ਦਾ ਘੱਟ ਤੋਂ ਘੱਟ ਉਹਨਾਂ ਦਾ ਰਿਕਾਰਡ ਰੱਖਣਾ ਜ਼ਰੂਰੀ ਹੈ ਕਿ ਕਿਹੜੇ ਕਿਹੜੇ ਬੰਦਿਆਂ ਨਾਲ ਕੀ ਹੋਇਆ। ਔਰ ਜਿਹੜੀ ਸਾਡੀ ਕਮਿਊਨਿਟੀ ਹੈ, ਸਾਡੀ ਕਮਿਊਨਿਟੀ ਨੂੰ ਹਮੇਸ਼ਾ ਅਸੀਂ ਜਿਹੜਾ ਨਾ ਬੈਲੈਂਸ ਨਹੀਂ ਚੱਲਦੇ, ਅਸੀਂ ਜਾਂ ਤਾਂ ਬਹੁਤ ਜ਼ਿਆਦਾ ਸ਼ਰਧਾਲੂ ਹੁੰਦੇ ਹਾਂ ਔਰ ਜਾਂ ਫਿਰ ਬਹੁਤ ਜ਼ਿਆਦਾ ਈਰਖਾਲੂ ਹੁੰਦੇ ਹਾਂ। ਸਾਨੂੰ ਇੱਕ ਬੈਲੈਂਸਡ ਅਪਰੋਚ ਇਸ ਗੱਲ ਲਈ ਲੈਣੀ ਚਾਹੀਦੀ ਹੈ ਕਿ ਇਨੋਸੈਂਟ ਕਿਲਿੰਗ, ਭਾਵੇਂ ਉਹ ਟੈਰਰਿਸਟਾਂ ਰਾਹੀਂ ਹੋਈ ਹੋਵੇ ਜਾਂ ਪੰਜਾਬ 'ਚ ਕਿਸੇ ਪੁਲਿਸ ਰਾਹੀਂ ਹੋਈ ਹੋਵੇ ਜਾਂ ਫਿਰ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਕਿਸੇ ਵੀ ਇਨੋਸੈਂਟ ਬੰਦੇ ਦੇ ਨਾਲ ਜਿਹੜਾ ਵੀ ਕੋਈ ਧੱਕਾ ਹੋਇਆ, ਉਹ ਜਿਹੜਾ ਨਾ ਉਹ ਨਹੀਂ ਹੋਣਾ ਚਾਹੀਦਾ। ਸਾਨੂੰ ਵਿਕਟਮ ਦੇ ਨਾਲ ਸਟੈਂਡ ਕਰਨਾ ਚਾਹੀਦਾ। ਅੱਜ ਵੀ ਅਸੀਂ ਜਿਹੜੇ ਐਬੋਰੀਜਨਲ ਲੋਕ ਨੇ, ਇੰਡੀਅਨ ਲੋਕ ਨੇ, ਔਰ ਉਹ ਸਕੂਲ ਜਿਹੜਾ ਮਾਰਸ਼ਲ ਸਕੂਲ ਜਿਹੜੇ ਬਣੇ ਸੀ, ਜਦੋਂ ਸਾਡੇ ਬਿਸ਼ਪ ਕਾਟਨ ਆਇਆ ਮਨਪ੍ਰੀਤ ਸ਼ਿਮਲੇ ਦੇ ਵਿੱਚ 1859 'ਚ, ਤਾਂ ਉਹਨਾਂ ਦਿਨਾਂ 'ਚ ਇੱਥੇ ਵੀ ਕੈਥੋਲਿਕ ਸਕੂਲ ਉਸਾਰੇ ਗਏ ਔਰ ਸਕੂਲਾਂ ਦੇ ਵਿੱਚ ਜੋ ਵੀ ਹੋਇਆ, ਅਸੀਂ ਵੀ ਵਿਲ ਸਟੈਂਡ ਵਿਦ ਦ ਪੀਪਲ ਦੋਜ਼ ਹੂ ਆਰ ਦ ਵਿਕਟਮਸ। ਸੋ ਅਸੀਂ, ਸਾਨੂੰ ਵਿਕਟਮਸ ਦੇ ਨਾਲ ਖੜਨਾ ਚਾਹੀਦਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਹੈ ਸਾਰੀ ਜਾਣਕਾਰੀ ਤੁਹਾਡਾ ਵੀ। ਬਹੁਤ ਬਹੁਤ ਧੰਨਵਾਦ ਮਨਪ੍ਰੀਤ, ਸੋ ਨਾਈਸ ਆਫ ਯੂ, ਥੈਂਕ ਯੂ ਜੀ।